ਤਾਂ ਬੋਲੋ ਯਾਰ, ਛੋੜੋ ਬਰੇਲਵੀਆਂ ਤੇ ਸ਼ੀਆਂ ਤੇ ਦਿਓ ਬੰਦੀਆਂ ਦੀ ਲਾਨਤ ਨੂੰ, ਪੱਕੇ ਮੁਵਾਹਿਦ ਮੁਸਲਮਾਨ ਬਣੋ। ਤੇ ਉਸ ਮੁਸਲਮਾਨ ਬਣਨ ਦਾ ਦਰਸ ਇਹ ਤਾਂ ਰੱਬ ਦਾ ਕੁਰਾਨ ਹੈ। ਕਿਹੜੀ ਕਿਤਾਬ ਹੈ? ਰੱਬ ਦਾ ਕੁਰਾਨ ਹੈ। ਫਲਾਂ ਬਜ਼ੁਰਗੋਂ ਨੇ ਯੇ ਕਹਾ ਹੈ। ਅੱਛਾ, ਅੱਜ ਕੋਈ ਵੀ ਈਮਾਨ ਦੀ ਬਾਤ ਕਰੋ ਤਾਂ ਕੀ ਆਖਦੇ ਇਹ ਜਨਾਬ ਕਿਹੜੇ ਬਜ਼ੁਰਗ ਮਾਨਾ ਕੀਤਾ ਹੈ? ਕਿਹੜੇ ਬਜ਼ੁਰਗ? ਇਹ ਕਿਹੜੇ ਅਕਾਬਰ ਨੇ ਲਿਖਿਆ? ਬਜ਼ੁਰਗ ਤੇ ਅਕਾਬਰਾਂ ਦੇ ਲੱਤਾਂ 'ਚ ਵੜਦੇ ਨੇ, ਰੱਬ ਦੇ ਕੁਰਾਨ ਵਾਲੇ ਪਾਸੇ ਨਹੀਂ ਹੈ। ਇਹ ਕਦੀ ਤੁਹਾਡੇ ਕੋਲ ਕੋਈ ਨਾ ਪੁੱਛੀ ਕਿ ਭਈਆ ਇਹ ਮਸਲਾ ਕੁਰਾਨ ਦੇ ਕਿਹੜੇ ਸਿਪਾਰੇ 'ਚ ਲਿਖਿਆ ਖਲਾ, ਕਿਹੜੀ ਆਇਤ 'ਚ, ਕਿਹੜੀ ਸੂਰਤ 'ਚ? ਨਾ, ਇਹ ਕਿੱਥੇ ਬਜ਼ੁਰਗਾਂ ਨੇ ਲਿਖਿਆ, ਕਿੱਥੇ ਅਕਾਬਰਾਂ ਨੇ ਲਿਖਿਆ? ਅਤੇ ਅੱਲਾਹ ਦਾ ਕੁਰਾਨ ਕਿਆ ਫਰਮਾਉਂਦਾ? ਅਕਾਬੇਰਾ ਮੁਜਰਮੀਆ, ਅਕਾਬਰ ਅਕਸਰ ਮੁਜਰਮੀ ਹੁੰਦੇ ਹਨ। ਮੁਜਰਮ ਕੌਣ ਹੁੰਦਾ ਹੈ? ਜਿਹੜਾ ਕਾਨੂੰਨ ਤਰੋੜੇ ਉਹ ਕੌਣ ਹੁੰਦਾ ਹੈ? ਇੱਕ ਹੁੰਦਾ ਹੈ ਮੁਲਜ਼ਿਮ, ਇੱਕ ਹੁੰਦਾ ਹੈ ਮੁਜਰਮ। ਮੁਲਜ਼ਿਮ ਉਹ ਹੁੰਦਾ ਜਿਸ 'ਤੇ ਇਲਜ਼ਾਮ ਲਗਾਇਆ ਜਾਂਦਾ ਹੈ, ਮੁਜਰਮ ਉਹ ਹੁੰਦਾ ਹੈ ਜਿਹਦੇ ਉੱਤੇ ਅਦਾਲਤ ਫਰਦ ਦੇ ਜੁਰਮ ਐਦ ਕਰ ਦੇਵੇ, ਸਾਬਿਤ ਹੋ ਜਾਏ ਕਿ ਇਸ ਨੇ ਕਾਨੂੰਨ ਤਰੋੜਿਆ ਹੈ। ਅੱਲਾਹ ਫਰਮਾਦਾ ਅਕਾਬੇਰਾ ਮੁਜਰਮੀ ਆ, ਅਕਾਬਰ ਅਕਸਰ ਰੱਬ ਦੇ ਕੁਰਾਨ ਨੂੰ ਤੋੜਨ ਵਾਲੇ ਹਨ। ਤੇ ਜੇ ਮੁਮਿਨ ਬਣਨਾ ਹੈ ਅਕਾਬਰਾਂ ਨੂੰ ਛੋੜ, ਰੱਬ ਦੇ ਕੁਰਾਨ ਤੇ ਮੁਹੰਮਦ ਦੀ ਸੁਨਤ ਨਾਲ ਤਾਲੁਕ ਪੈਦਾ ਕਰ। ਅੱਲਾਹ ਦੇ ਰਸੂਲ ਨੇ ਇਹੀ ਫਰਮਾਇਆ, ਤਰਕਤੁ ਫੀਕੁਮ ਅਮਰੈਨ, ਮੈਂ ਤੁਹਾਡੇ ਵਿੱਚ ਕਿਤਨੇ ਖਜ਼ਾਨੇ ਛੋੜ ਕੇ ਜਾ ਰਿਹਾ? ਦੋ, ਇੱਕ ਹੈ ਕਿਤਾਬੁੱਲਾਹ, ਦੂਸਰਾ ਸੁਨਤ ਰਸੂਲਿੱਲਾਹ। ਇਹ ਤੀਸਰਾ ਕੋਈ ਹੈ ਟੋਲਾ? ਬੋਲੋ ਯਾਰ। ਇਹ ਇਹਨਾਂ ਮੌਲੀਆਂ ਇੰਨੇ ਸਮਝੋ ਇੰਨੇ ਜਾਣ ਬੁੱਝ ਕੇ ਵਿੱਚ ਦਬੜ ਗੁਸੰਨੀ ਕਰ ਛੋੜੀਏ, ਵੀ ਜਿੱਥੇ ਠੁੱਕ ਦਤਨ ਆਈ ਇਹਨਾਂ ਵਿੱਚ ਵੱਧ ਵੀ ਚੱਪਰ ਲਾ ਛੋੜੀਏ। ਕੁਰਾਨ ਨੇ ਦੱਸ ਦਿੱਤਾ ਹੈ ਕਿ ਮੇਰੇ ਮੁਹੰਮਦ ਦੀ ਹਰ ਬਾਤ, ਹਰ ਅਮਲ, ਬਾਤ ਨੂੰ ਮੰਨ ਲਓ, ਅਮਲ ਦੇ ਪਿੱਛੋਂ ਚੱਲ ਪਓ ਤਾਂ ਦੋਹਾਂ ਜਹਾਨਾਂ ਦੀ ਕਾਮਯਾਬੀ ਦੇਵਣ ਵਾਲਾ ਘੋੜੇ। ਅੱਲਾ ਅਮਲ ਦੀ ਤੌਫੀਕ ਅਤਾ ਫਰਮਾਏ। ਵਮਾ ਅਲੈਨਾ ਇਲਲ ਬਲਾਗ।